कई प्रकार के मिस्त्री रखे से महाराज ने, हरगोबिंद साहब महाराज ने। जो असी पहुंचे ना, जेड़े माड़े शस्त्र से उन्होंने भी चंगे किए, जेड़े बेकार शस्त्र घटे से घटे शस्त्र से उन्होंने भी फलाती बना बना के महाराज को जंग के विच दिते। वरदान यह दिता सी महाराज हरगोबिंद सिंह ने, जेड़ी चीज तुसी वेख लोगे ना उही चीज तुसी बना दोगे। सीखने की लोड़ नहीं है सानू, और वाहगुरु अकाल पुरख की इहदा सानू वरदान दिता पिया है, असी हर चीज बना सकते हैं। वाहेगुरु जी का खालसा, वाहेगुरु जी की फतेह। सो अज असी शहीदों की धरती श्री फतेहगढ़ साहिब विखे मौजूद हाँ। सो इतों लंघे जा रहे थे तो एक तस्वीर देखने को मिले कि इतने शस्त्र जोड़े ने तैयार किए जाते हैं। सो इतने जथेदार ने उन्हों तो नाल गलबात करेंगे कि आखिरकार कदों तो इन्हों के वलों पूरी जी है ये शस्त्र जोड़े तैयार किए जाते हैं, तो कितों आए हैं पूरी गलबात करते हैं। सो सब तो पहले फतेह की सांझ पाने, वाहेगुरु जी का खालसा, वाहेगुरु जी की फतेह। ਤੁਹਾਡੇ ਵੱਲੋਂ ਇਹ ਸ਼ਸਤਰ ਜਿਹੜੇ ਤਿਆਰ ਕੀਤੇ ਜਾ ਰਹੇ ਨੇ, ਤੁਸੀਂ ਕਿੱਥੋਂ ਆਏ ਹੋ ਤੇ ਪਿਛੋਕੜ ਕੀ ਹੈ ਇਸਦਾ? ਇਹ ਪਿੱਛੋਂ ਅਸੀਂ ਇਹ ਰਾਜਸਥਾਨ ਤੋਂ ਜੀ, ਜੇ ਰਾਜਸਥਾਨ ਤੋਂ ਆਏ ਹਾਂ। ਗੁਰੂ ਹਰਗੋਬਿੰਦ ਸਾਹਿਬ ਦੇ ਬਾਰੇ ਦੇ ਵਿੱਚ ਅਸੀਂ ਸ਼ਸਤਰ ਬਣਾਉਂਦੇ ਆਏ ਹਾਂ। ਮੁਸਲਮਾਨ ਸੀ ਜਿਹੜੇ ਮਿਸਤਰੀ ਰੱਖੇ ਸੀ ਮਹਾਰਾਜ ਨੇ ਛੇਵੇਂ ਪਾਸੇ ਹਰਗੋਬਿੰਦ ਸਾਹਿਬ ਨੇ, ਉਹ ਕੱਚੇ ਬਣਾ ਕੇ ਦਿੰਦੇ ਸੀ, ਕੱਚੇ ਸ਼ਸਤਰ ਬਣਾ ਕੇ ਦਿੰਦੇ ਸੀ। ਫਿਰ ਸਾਨੂੰ ਹਰਗੋਬਿੰਦ ਸਾਹਿਬ ਨੇ ਸਾਨੂੰ ਸੱਦਿਆ ਰਾਜਸਥਾਨ ਤੋਂ। ਮੇਨ ਸਾਡਾ ਘਰ ਹੈ ਰਾਜਸਥਾਨ, ਅਸੀਂ ਪੰਜਾਬ ਦੇ ਨਹੀਂ ਹਾਂ, ਇੱਥੇ ਵੀ ਰਹਿੰਦੇ ਹਾਂ। ਸਾਡੇ ਸਿਕਲੀਗਰ ਸਮਾਜ ਇੱਥੇ ਵੀ ਸਿਕਲੀਗਰ ਰਹਿੰਦੇ ਨੇ। ਇੱਥੇ ਕੋਈ ਤਾਲਾ ਕੁੰਜੀ ਬਣਾਉਂਦਾ, ਕੋਈ ਕੁਛ ਬਣਾਉਂਦਾ, ਕੋਈ ਤਲਵਾਰਾਂ ਬਣਾਉਂਦਾ, ਇੱਥੇ ਵੀ ਸਿਕਲੀਗਰ ਰਹਿੰਦੇ ਨੇ। ਅਸੀਂ ਹਾਂ ਰਾਜਸਥਾਨ ਤੋਂ। ਫਿਰ ਸਾਨੂੰ ਮਹਾਰਾਜ ਨੇ ਸਾਨੂੰ ਸੱਦਿਆ ਉੱਥੇ ਚਿਤੌੜਗੜ੍ਹ ਤੋਂ, ਰਾਜਸਥਾਨ ਤੋਂ। ਫਿਰ ਕੱਚੀ ਜਿਹੜੇ ਕੱਚੀ ਤਲਵਾਰਾਂ ਸੀ ਉਹ ਉਹਨਾਂ ਨੂੰ ਪੱਕੇ ਵੀ ਕੀਤੇ, ਉਹਨਾਂ ਨੂੰ ਪੱਕੇ ਵੀ ਕੀਤੇ ਨੇ। ਫਿਰ ਨਵਾਂ ਵੀ ਸ਼ਸਤਰ ਬਣਾ ਕੇ ਦਿੱਤੇ ਹਰਗੋਬਿੰਦ ਸਾਹਿਬ ਨੂੰ, ਨਵੇਂ ਸ਼ਸਤਰ ਵੀ ਬਣਾ ਕੇ ਦਿੱਤੇ ਨੇ, ਪਲਾਦੀ ਸ਼ਸਤਰ ਪੱਕੇ, ਜਿਹੜੇ ਜੰਗ ਵੇਲੇ ਜਵਾਬ ਨਾ ਦੇਵੇ। ਜਿਹੜੇ ਕੱਚੇ ਸ਼ਸਤਰ ਸੀ ਉਹ ਜਵਾਬ ਦੇ ਦਿੰਦੇ ਸੀ, ਮੁੜ ਜਾਂਦੇ ਸੀ, ਧਾਰਾ ਖਤਮ ਹੋ ਜਾਂਦੀ ਸੀ, ਪੂਰੀ ਧਾਰ ਸਿੱਧੀ ਨਹੀਂ ਲੱਗਦੀ ਸੀ ਤਲਵਾਰਾਂ ਦੀਆਂ। ਕਈ ਪ੍ਰਕਾਰ ਦੇ ਮਿਸਤਰੀ ਰੱਖੇ ਸੀ ਮਹਾਰਾਜ ਨੇ, ਹਰਗੋਬਿੰਦ ਸਾਹਿਬ ਮਹਾਰਾਜ ਨੇ। ਜਦੋਂ ਅਸੀਂ ਪਹੁੰਚੇ ਨਾ, ਜਿਹੜੇ ਮਾੜੇ ਸ਼ਸਤਰ ਸੀ ਉਹਨਾਂ ਨੂੰ ਵੀ ਚੰਗੇ ਕੀਤੇ ਸੀ, ਜਿਹੜੇ ਮਾੜੇ ਸ਼ਸਤਰ ਸੀ ਉਹਨਾਂ ਨੂੰ ਵੀ ਚੰਗੇ ਕੀਤੇ ਸੀ, ਜਿਹੜੇ ਬੇਕਾਰ ਸ਼ਸਤਰ ਘਟੇ ਸੀ ਘਟੇ ਸ਼ਸਤਰ ਸੀ ਉਹਨਾਂ ਨੂੰ ਵੀ ਫਲਾਤੀ ਬਣਾ ਬਣਾ ਕੇ ਮਹਾਰਾਜ ਨੂੰ ਜੰਗ ਦੇ ਵਿੱਚ ਦਿੱਤੇ ਸੀ। ਅੱਛਾ, ਕਿਹਾ ਜਾਂਦਾ ਕਿ ਗੁਰੂ ਸਾਹਿਬ ਦੇ ਵੱਲੋਂ ਤੁਹਾਨੂੰ ਇੱਕ ਵਰਦਾਨ ਦਿੱਤਾ ਗਿਆ ਸੀ, ਉਹ ਕੀ ਵਰਦਾਨ ਦਿੱਤਾ ਗਿਆ? ਵਰਦਾਨ ਇਹ ਦਿੱਤਾ ਸੀ ਮਹਾਰਾਜ ਹਰਗੋਬਿੰਦ ਸਿੰਘ ਨੇ, ਜਿਹੜੀ ਚੀਜ਼ ਤੁਸੀਂ ਵੇਖ ਲਓਗੇ ਨਾ ਉਹੀ ਚੀਜ਼ ਤੁਸੀਂ ਬਣਾ ਦਿਓਗੇ। ਸਾਨੂੰ ਇਹ ਵਰਦਾਨ ਦਿੱਤਾ ਪਿਆ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ। ਬੱਚੇ ਨੇ ਵੀ ਸ਼ਾਇਦ ਦਿੱਤੇ ਸਨ ਕਿ ਤੁਹਾਡੇ ਬੱਚੇ ਵੀ ਜਿਹੜੇ ਨੇ ਉਹ ਨਿੱਕੇ ਜਿਹੜੇ ਬੱਚੇ ਨੇ ਉਹ ਵੀ ਸ਼ਸਤਰ ਜਿਹੜੇ ਪਿਆਰੇ। ਇਹ ਬੱਚੇ ਜਿਹੜੇ ਤੋਂ ਸਿੱਖਦਾ ਹੈ ਜਾ ਕੇ ਕੰਮ, ਮਿਸਤਰੀ ਕੋਲ ਜਾ ਕੇ ਕੋਈ ਚੇਲਾ ਬਣਦਾ ਹੈ, ਪਹਿਲੇ ਜਾ ਕੇ 10 ਸਾਲ 15 ਸਾਲ ਉਹ ਸਿੱਖੂਗਾ, ਜਾ ਕੇ ਸਿੱਖ ਕੇ ਫਿਰ ਮਿਸਤਰੀ ਬਣੂਗਾ। ਸਾਨੂੰ ਹਰਗੋਬਿੰਦ ਸਾਹਿਬ ਨੇ ਇਹ ਵਰਦਾਨ ਦਿੱਤਾ ਪਿਆ ਹੈ ਵੀ ਜਿਵੇਂ ਜਿਵੇਂ ਮਿਸਤਰੀ ਤਿਆਰ ਆ, ਸਿੱਖਣ ਦੀ ਲੋੜ ਨਹੀਂ ਹੈ ਸਾਨੂੰ, ਉਹ ਵਾਹਿਗੁਰੂ ਅਕਾਲ ਪੁਰਖ ਦੀ ਇਹਦਾ ਸਾਨੂੰ ਵਰਦਾਨ ਦਿੱਤਾ ਪਿਆ ਹੈ, ਅਸੀਂ ਹਰ ਚੀਜ਼ ਬਣਾ ਸਕਦੇ ਹਾਂ। ਹਰ ਚੀਜ਼ ਬਣਾ ਕੇ ਬਤੁੱਕਾ ਵੀ ਬਣਾ ਦਿੰਦੇ ਹਾਂ ਅਸੀਂ, ਪਿਸਤੌਲ ਵੀ ਬਣਾ ਦਿੰਦੇ ਹਾਂ, ਰਾਮ ਜੱਗੇ ਵੀ ਬਣਾ ਦਿੰਦੇ ਹਾਂ, ਤੋਫ ਵੀ ਬਣਾ ਦਿੰਦੇ ਹਾਂ, ਹਰ ਚੀਜ਼ ਬਣਾ ਕੇ ਦੇ ਸਕਦੇ ਹਾਂ ਅਸੀਂ, ਦੇ ਸਕਦੇ ਹਾਂ ਅਸੀਂ ਖਾਲਸੇ ਨੂੰ। ਜਿਵੇਂ ਮਹਾਰਾਜ ਹਰਗੋਬਿੰਦ ਸਾਹਿਬ ਨੂੰ ਗੋਲਾ ਬਰੂਦ ਬਣਾ ਕੇ ਦਿੱਤੇ ਹਾਂ, ਸਾਰੀ ਚੀਜ਼ਾਂ ਬਣਾ ਬਣਾ ਕੇ ਦਿੱਤੀਆਂ ਮਹਾਰਾਜ ਨੂੰ ਅਸੀਂ। ਹੁਣ ਮੈਂ ਮੀਡੀਆ ਦੇ ਵਿੱਚ ਨਾਂ ਨਹੀਂ ਲੈ ਸਕਦਾ, ਇੰਨਾ ਮੈਂ ਉਸ ਚੀਜ਼ ਦਾ ਮੈਂ ਨਾਂ ਨਹੀਂ ਲੈ ਸਕਦਾ, ਕਿਉਂਕਿ ਕਾਨੂੰਨ ਲਾਗੂ ਕੀਤਾ ਹੋਇਆ ਸਰਕਾਰ ਨੇ। ਫਿਰ ਮਹਾਰਾਜ ਛੇਵੇਂ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸ਼ਸਤਰ ਬਣਾਉਂਦੇ ਆਏ ਹਾਂ। ਫਿਰ ਸੇਰਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਵੀ ਸ਼ਸਤਰ ਦਿੱਤੀਆਂ ਨੇ ਬਣਾ ਬਣਾ ਕੇ। ਅੱਛਾ, ਅਖੀਰ ਦੇ ਵਿੱਚ ਇੱਕ ਫਤਿਹ ਗੱਜ ਕੇ ਸਾਰੇ ਜਣੇ ਬੁਲਾ ਦਿਓ। ਗੱਜ ਗੱਜ ਕੇ ਜਾਵੇ, ਨਿਹਾਲੋ ਜਾਵੇ, ਗੁਰੂ ਖਾਲਸੇ ਪੰਥ ਨੂੰ ਭਾਵੇ।
अकाल गुलियां लालियां बजावे मन नु भावे श्री अकाल बाजा बालियो सतगुरु रख लो बिरद बाणे दी लाज चितो गुप्तो चितो सिंह गुरु खालसे सिंह साहब जी को श्री अकाल साढ़े तो पहला जथेदार सी बाबा जगतार सिंह सतखंड वासी पहले उस टाइम दे साढ़े चाचा सी फिर मेरे दादे सी जथेदार वो भी गुजर गए ही कम दे विच करते करते साड़ी पीढ़ी है ये चौथी पीढ़ी है बनाती आ रही है साढ़े उस पीढ़ी पूरी गुजर गई है जो महाराज का प्रधान है भाई तुम शस्त्र ही बनाओगे और कोई कम कर ही नहीं सकते। बच्चा छोटा इधर बेच बेटा है तो उड़ा हाँ वो बचंगे जरा कम करके दिखाता सी अच्छा। मीडिया के वेख्या होना है हूँ कई मीडिया रहे आए न उन्होंने भी बचंगे ने मेरे कम करके उन्होंने सिखे सिखाए उन्हें भी पर्ची ठोक दूंगा चलो श्री अकाल।